ਪਾਪਾ ਜੀ ਕੀ ਕਰਦੇ ਹੋ? ਕੁਛ ਨੀ ਪੁੱਤ, ਵਿਹਲਾ ਬੈਠਾ ਸੀ, ਨੈੱਟ ਚਲਾ ਰਿਹਾ। ਸਵਾਲ ਪੁੱਛਾਂ? ਹਾਂ ਪੁੱਛੋ। ਆਪਣੇ ਦੇਸ਼ ਵਿੱਚ ਬਜ਼ੁਰਗ ਆਸ਼ਰਮ ਕਿੰਨੇ ਆ? ਬਜ਼ੁਰਗ ਆਸ਼ਰਮ ਬਹੁਤ ਜ਼ਿਆਦਾ ਪੁੱਤ, ਪਰ ਕੀ ਹੋਇਆ? ਜੇਕਰ ਪੁੱਤਰਾਂ ਦੀ ਥਾਂ ਧੀਆਂ ਆਪਣੇ ਮਾਂ ਪਿਓ ਨੂੰ ਪਾਲਣ ਤਾਂ ਆਪਣੇ ਦੇਸ਼ ਵਿੱਚ ਬਜ਼ੁਰਗ ਆਸ਼ਰਮ ਖਤਮ ਹੋ ਸਕਦੇ ਆ। ਹਾਂ ਪੁੱਤ, ਗਲਤ ਤੇਰੀ ਸਹੀ ਆ। ਜੇ ਪੁੱਤਾਂ ਦੀ ਜਗ੍ਹਾ ਧੀਆਂ ਆਪਣੇ ਮਾਂ ਬਾਪ ਨੂੰ ਸੰਭਾਲਣ ਤਾਂ ਬਜ਼ੁਰਗ ਆਸ਼ਰਮ ਖਤਮ ਹੋ ਸਕਦੇ। ਪਰ ਇੱਕ ਗੱਲ ਹਮੇਸ਼ਾ ਯਾਦ ਰੱਖੀ, ਜੇ ਹਰ ਕੁੜੀ ਆਪਣੇ ਸੱਸ ਸਹੁਰੇ ਨੂੰ ਆਪਣਾ ਮਾਂ ਬਾਪ ਸਮਝਣ ਲੱਗ ਜਾਣ ਅਤੇ ਹਰ ਸੱਸ ਸਹੁਰਾ ਆਪਣੀ ਨੂੰਹ ਆਪਣੀ ਧੀ ਸਮਝਣ ਲੱਗ ਜਾਵੇ, ਦਰਾਣੀ ਜਠਾਣੀ ਆਪਣੇ ਆਪ ਨੂੰ ਇੱਕ ਦੂਜੇ ਦੀਆਂ ਭੈਣਾਂ ਸਮਝਣ ਲੱਗ ਜਾਣ ਤਾਂ ਇਸ ਦੇਸ਼ ਦੇ ਵਿੱਚੋਂ ਤਾਂ ਕੀ ਪੂਰੀ ਦੁਨੀਆਂ ਦੇ ਵਿੱਚੋਂ ਬਜ਼ੁਰਗ ਆਸ਼ਰਮ ਖਤਮ ਹੋ ਜਾਣਗੇ। ਕੀ ਲੱਗਦਾ, ਸਹੀ ਹੈ ਕਿ ਗਲਤ? ਸਹੀ ਹੈ ਬਿਲਕੁਲ। ਮੇਰੀਆਂ ਭੈਣਾਂ ਅਤੇ ਮੇਰੇ ਵੀਰ, ਮੇਰੇ ਬਜ਼ੁਰਗ, ਹਮੇਸ਼ਾ ਆਪਣੀ ਨੂੰਹ ਨੂੰ ਆਪਣੀ ਧੀ ਸਮਝੋ ਅਤੇ ਨੂੰਹ ਹਮੇਸ਼ਾ ਆਪਣੇ ਸੱਸ ਸਹੁਰੇ ਨੂੰ ਆਪਣਾ ਮਾਂ ਬਾਪ ਸਮਝੋ ਅਤੇ ਆਪਣੇ ਆਪ ਬਜ਼ੁਰਗ ਆਸ਼ਰਮ ਖਤਮ ਹੋ ਜਾਣਗੇ। ਜੇ ਵੀਡੀਓ ਚੰਗਾ ਲੱਗਿਆ ਹੋਵੇ ਸ਼ੇਅਰ ਜ਼ਰੂਰ ਕਰੇ। ਧੰਨਵਾਦ ਜੀ।